ਇੰਦਨੀ ਸਾਧ ਜਨਕ ਕਰ ਸਾਰੇ ਪੜੀਏ ਸੁਖ ਪਾਇਆ
ਲੇਟ ਹੋ ਜਾਣਾ ਜਾਂ ਆਖਿਆ ਜਾ ਕੁਝ ਨਾ ਮੈਨੂੰ ਫਿਰ ਤਾਂ ਮੈਂ ਪੜ੍ਹ ਲੈਂਦਾ ਕੋਈ ਟਾਈਮ ਨਾਲ ਮੈਂ ਪ੍ਰਬੰਧ ਕੋਸ਼ਿਸ਼ ਇਹ ਹੈ ਕਿਉਂਕਿ ਤੀਸਰਾ ਦਿਨ ਹੈ ਤਕਰੀਬਨ ਦੋ ਦਿਨ ਪ੍ਰੋਗਰਾਮ ਲੇਟ ਚੱਲਦਾ ਗਿਆ ਔਰ ਤਕਲੀਫ ਸਾਰਿਆਂ ਨੂੰ ਹੁੰਦੀ ਹੈ ਟਾਈਮ ਦੇ ਪੰਚੋਂ ਨਹੀਂ ਰਹਾਂਗੇ ਫਿਰ ਇਸ ਟਾਈਮ ਦਾ ਬੜਾ ਜ਼ਰੂਰੀ ਹੈ ਹੁਕਮ ਹੋਇਆ ਸਭ ਪੜ੍ਹਨਾ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਮੇਰੇ ਸਾਹਿਬ ਤੂੰ ਮੇਰੇ
ਸਾਹਿਬ ਦੀ ਯਾਦ ਬਣ ਗਈ ਹੈ। ਉਹ ਵਿਸਰਿਆ ਨੇ ਤੁਦ ਚਿਤ ਆਏ ਮਹਾਂ ਆਨੰਦ ਆਨੰਦ ਖੇੜਾ ਹੀ ਖੇੜਾ ਆਨੰਦੀ ਕੋਈ ਆ ਸੰਤ ਬੋਲੋ ਸ੍ਰੀ ਕੋਈ ਆਨੰਦ ਫਿਰ ਸਤਿਗੁਰੂ ਅਗਲਾ ਪਤਨ ਕਹਿੰਦੇ ਨੇ ਵੇਖੀ ਧਿਆਨ ਕਰੇ ਜਿਸ ਵਿਸਰ ਹੈ ਸੋ ਮਨ ਤੂੰ ਜਿਉਂਦਾ ਹੋਇਆ ਜ਼ਿੰਦਾ ਲਾਸ਼ ਜਿੰਨੀ ਹੈ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਹੈ, ਸਿਮਰਨ ਨਹੀਂ ਹੈ, ਸੇਵਾ ਨਹੀਂ ਹੈ, ਉਹ ਜ਼ਿੰਦਾ ਲਾਸ਼ ਹੈ। ਅਗਲੀ ਬਖਸ਼ਿਸ਼ ਦਿਆਲ ਹੋਵੇ ਮੰਗਣਾ ਵੀ ਕੀ ਹੈ ਸ਼ਾਇਦ ਸਮਝਾ ਰਹੇ ਹੈ।
ਹੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਅਰਦਾਸ।